ਵਿਦੇਸ਼ਾਂ ਵਿੱਚ ਅਕਸਰ ਸਰਦਾਰਾਂ ਦੀ ਪੱਗ ਨੂੰ ਲੈ ਕੇ ਕਈ ਸਵਾਲ ਖੜੇ ਹੁੰਦੇ ਰਹੇ ਨੇ। ਹਵਾਈ ਜਹਾਜ਼ਾਂ ਵਿੱਚ ਸਫ਼ਰ ਦੌਰਾਨ ਅਤੇ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ ਨਾਲ ਅਕਸਰ ਵਿਤਕਰੇ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਨੇ, ਪਰ ਪੱਗ ਦੀ ਲੜਾਈ ਜਿਤਨਾ ਸੌਖਾ ਕੰਮ ਨਹੀਂ ਹੈ। ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿੱਚ ਰਹਿਣ ਵਾਲੇ ਸਿੱਧਰ ਸਿੰਘ ਅਰੋੜਾ ਨਾਮ ਦੇ ਮੁੰਡੇ ਦੇ ਮਾਪਿਆਂ ਨੇ ਪੱਗ ਦੇ ਹੱਕ ਦੀ ਲੜਾਈ ਲੜੀ। ਸਿੱਧਰ ਸਿੰਘ ਨੂੰ ਉਸੇ ਸਕੂਲ ਵਿੱਚ ਹੀ ਦਾਖਲਾ ਮਿਲ ਗਿਆ ਜਿੱਥੇ ਸਕੂਲ ਵੱਲੋਂ ਦਾਖਲਾ ਦੇਣ ਤੋਂ ਇਨਕਾਰ ਕਰਤਾ ਗਿਆ ਸੀ। ਦੱਸਣਯੋਗ ਹੈ ਕਿ ਮੈਲਬੌਰਨ ਸ਼ਹਿਰ ਵਿੱਚ ਸਥਿਤ ਮੈਲਟਨ ਕ੍ਰਿਸਚੀਅਨ ਸਕੂਲ ਨੇ ਪਿਛਲੇ ਸਾਲ 5 ਸਾਲਾ ਵਿਦਿਆਰਥੀ ਸਿੱਧਕ ਸਿੰਘ ਦੇ ਪਟਕਾ ਬਣਨ ਕਾਰਨ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸਕੂਲ ਦਾ ਕਹਿਣਾ ਸੀ ਕਿ ਅਦਾਰੇ ਦੀ ਵਰਦੀ ਨੀਤੀ ਦੇ ਅਦਾਰੇ ਵਿੱਚ ਨਹੀਂ ਆਉਂਦਾ, ਜਿਸ ਮਗਰੋਂ ਸਿੱਧਕ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੇ ਇਸ ਪਾਬੰਦੀ ਵਿਰੁੱਧ ਵਿਕਟੋਰੀਅਨ ਸਿਵਲ ਅਤੇ ਪ੍ਰਸ਼ਾਸਨਿਕ ਟ੍ਰਿਬਿਊਨਲ ਵਿੱਚ ਇਸ ਮਾਮਲੇ ਦੇ ਸੰਬੰਧ ਵਿੱਚ ਕੇਸ ਦਰਜ ਕੀਤਾ ਸੀ।